ਮਾਮਲਾ ਦਿਲਕੁਸ਼ਾ ਬਾਜ਼ਾਰ 'ਚ ਧਾਂਦਲੀ ਨਾਲ ਸਪਲਾਈ ਕੀਤੀ ਜਾ ਰਹੀ ਦਵਾਈਆਂ ਦਾ। ਵੀਕੇ ਨਾਲ ਮਿਲੀਆਂ ਸਰਕਾਰੀ ਕਾਲੀਆਂ ਭੇਡਾਂ ਦੇ ਵੀ ਖੁੱਲਣਗੇ ਰਾਜ। ਵੀਕੇ ਦੇ ਖੁਲਾਸੇ ਤੋਂ ਬਾਅਦ ਟੁੱਟ ਸਕਦਾ ਹੈ ਇੱਕ ਵੱਡਾ ਗੱਠਜੋੜ, ਹੋ ਸਕਦੇ ਹਨ ਕਈ ਵੱਡੇ ਖੁਲਾਸੇ। ਦਿਲਕੁਸ਼ਾ ਬਾਜ਼ਾਰ 'ਚ ਡਿਫੈਂਸ ਦੀਆਂ ਦਵਾਈਆਂ ਵੇਚਣ ਦੀ ਧਾਂਦਲੀ ਦੇ ਖੁਲਾਸੇ ਤੋਂ ਬਾਅਦ ਇਸ ਖੇਡ 'ਚ ਸ਼ਾਮਲ ਲੋਕ ਆਪਣੀ ਇੱਜ਼ਤ ਬਚਾਉਣ 'ਚ ਲੱਗੇ ਹੋਏ ਹਨ। ਦੈਨਿਕ ਸਵੇਰਾ ਨੇ ਸਾਰਾ ਮਾਮਲਾ IB ਨੂੰ ਸੌਂਪ ਦਿੱਤਾ ਹੈ। ਇਹ ਗੱਲ ਕੇਂਦਰੀ ਜਾਂਚ ਬਿਊਰੋ ਦੇ ਧਿਆਨ ਦੇ ਵਿੱਚ ਵੀ ਆ ਗਈ ਹੈ ਤੇ ਇਸ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਇਸ ਧਾਂਦਲੀ 'ਚ ਕੌਣ ਕੌਣ ਸ਼ਾਮਲ ਹੈ। ਦੱਸ ਦਈਏ ਕਿ ਇਹ ਸਾਰੀ ਖੇਡ ਦਾ ਮਾਸਟਰ ਮਾਈਂਡ ਵੀਕੇ ਨਾਮੀ ਵਿਅਕਤੀ ਹੈ, ਜਿਸਦੇ ਕੁਛ ਸਰਕਾਰੀ ਕਾਲੀਆਂ ਭੇਡਾਂ ਨਾਲ ਸੰਬੰਧ ਹਨ। ਇਹ ਉਹ ਲੋਕ ਹਨ ਜੋ ਵੀਕੇ ਨੂੰ ਡਿਫੈਂਸ ਦਵਾਈਆਂ ਦਾ ਵੱਡਾ ਭੰਡਾਰ ਮੁਹੱਈਆ ਕਰਵਾਉਂਦੇ ਹਨ। ਇਸ ਤੋਂ ਬਾਅਦ ਵੀਕੇ ਨੇ ਦੀਪਕ ਤੇ ਤਵਿੰਦਰ ਨਾਮ ਦੇ ਦੋ ਵਿਅਕਤੀਆਂ ਨੂੰ ਅੱਗੇ ਦੀ ਜ਼ਿੰਮੇਵਾਰੀ ਦਿੱਤੀ ਹੈ, ਜੋ ਕਿ ਦਿਲਕੁਸਾ ਮਾਰਕੀਟ 'ਚ ਵੀਕੇ ਦੇ ਚਹੇਤੇ ਦਵਾਈ ਵਿਕਰੇਤਾਵਾਂ ਤੱਕ ਡਿਫੈਂਸ ਦੀਆਂ ਦਵਾਈਆਂ ਪਹੁੰਚਾਉਣ ਦਾ ਕੰਮ ਕਰਦੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਇਹ ਸਾਰੀ ਧੋਖਾਧੜੀ 'ਚ SMSD ਤੇ JML ਨਾਮੀ ਫਰਮਾਂ ਸ਼ਾਮਲ ਹਨ, ਜੋ ਕਿ ਦਿਲਕੁਸ਼ਾ ਮਾਰਕੀਟ 'ਚ ਸਥਿਤ ਹਨ। ਤੁਹਾਨੂੰ ਦੱਸ ਦਈਏ ਕਿ ਇਹ ਤਿੰਨੇ ਫਰਮਾਂ ਦਵਾਈਆਂ ਨੂੰ ਕਿਸੇ ਹੋਰ ਕੰਪਨੀ ਦੀ ਦੱਸ ਕੇ ਗ੍ਰਾਹਕਾਂ ਨੂੰ ਦਵਾਈਆਂ ਵੇਚ ਦਿੰਦੇ ਹਨ। ਗ੍ਰਾਹਕਾਂ ਨੂੰ ਇਹ ਪਤਾ ਵੀ ਨਹੀਂ ਚੱਲਦਾ ਕਿ ਜਿਹੜੀ ਦਵਾਈ ਉਹ ਖਰੀਦ ਕੇ ਲਿਆਏ ਹਨ ਉਹ ਡਿਫੈਂਸ ਨਾਲ ਸੰਬੰਧਿਤ ਦਵਾਈਆਂ ਹਨ। ਇਹ ਸਾਰੀ ਖੇਡ ਕਈ ਸਾਲਾਂ ਤੋਂ ਚੱਲ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਕੁਝ ਸਮਾਂ ਪਹਿਲਾਂ ਇਸ ਧਾਂਦਲੀ ਨੂੰ ਲੈ ਕੇ ਕਾਰਵਾਈ ਵੀ ਕੀਤੀ ਗਈ ਸੀ, ਪਰ ਬਾਅਦ 'ਚ ਸਾਰਾ ਮਾਮਲਾ ਫਿਰ ਢਾਲ ਦਿੱਤਾ ਗਿਆ ਸੀ। ਜੇਕਰ ਦੋਸ਼ ਵੀਕੇ ਤੇ ਪਿਆ ਤਾਂ ਵੱਡੇ ਖੁਲਾਸੇ ਹੋ ਸਕਦੇ ਹਨ। ਸੂਤਰਾਂ ਦੀ ਮੰਨੀਏ ਜੇਕਰ ਇਸ ਧਾਂਦਲੀ ਦਾ ਮਾਸਟਰ ਮਾਈਂਡ ਵੀਕੇ ਫੜਿਆ ਜਾਂਦਾ ਹੈ ਤਾਂ ਉਹ ਕਈ ਖੁਲਾਸੇ ਕਰ ਸਕਦਾ ਹੈ ਕਿ ਕਿਸ ਦੀ ਮਦਦ ਦੇ ਨਾਲ ਉਹ ਪਿਛਲੇ ਕਈ ਸਾਲਾਂ ਤੋਂ ਹਰ ਹਫ਼ਤੇ ਡਿਫੈਂਸ ਦੀਆਂ ਦਵਾਈਆਂ ਦਾ ਵੱਡਾ ਸਟਾਕ ਹਾਸਿਲ ਕਰਦਾ ਹੈ। ਇਸ ਮਾਮਲੇ 'ਚ ਕਈ ਵੱਡੇ ਖੁਲਾਸੇ ਜਿਹੜੇ ਆ ਉਹ ਹੋ ਸਕਦੇ ਆ ਤੇ ਵੀਕੇ ਦੇ ਖੁਲਾਸੇ ਤੋਂ ਬਾਅਦ ਇੱਕ ਵੱਡਾ ਗੱਠਜੋੜ ਟੁੱਟ ਸਕਦਾ ਹੈ। ਤੇ ਇਸੇ ਤਰ੍ਹਾਂ ਇਸ ਮਾਮਲੇ ਦੇ ਵਿੱਚ ਕੀ ਨਵੇਂ ਖੁਲਾਸੇ ਹੁੰਦੇ ਨੇ, ਦੈਨਿਕ ਸਵੇਰਾ TV ਤੁਹਾਨੂੰ ਜਲਦ ਇਸ ਮਾਮਲੇ ਨਾਲ ਜੁੜੀ ਨਵੀਂ ਅਪਡੇਟ ਦੇਵੇਗਾ। ਦਿਲਕੁਸ਼ਾ ਬਾਜ਼ਾਰ 'ਚ ਡਿਫੈਂਸ ਦੀਆਂ ਦਵਾਈਆਂ ਵੇਚਣ ਦੀ ਧਾਂਦਲੀ ਦੇ ਖੁਲਾਸੇ ਤੋਂ ਬਾਅਦ ਇਸ ਖੇਡ 'ਚ ਸ਼ਾਮਲ ਲੋਕ ਆਪਣੀ ਇੱਜ਼ਤ ਬਚਾਉਣ 'ਚ ਲੱਗੇ ਹੋਏ ਹਨ। ਦੈਨਿਕ ਸਵੇਰਾ ਨੇ ਸਾਰਾ ਮਾਮਲਾ IB ਨੂੰ ਸੌਂਪ ਦਿੱਤਾ ਹੈ। ਇਹ ਗੱਲ ਕੇਂਦਰੀ ਜਾਂਚ ਬਿਊਰੋ ਦੇ ਧਿਆਨ ਦੇ ਵਿੱਚ ਵੀ ਆ ਗਈ ਹੈ ਤੇ ਇਸ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਇਸ ਧਾਂਦਲੀ 'ਚ ਕੌਣ ਕੌਣ ਸ਼ਾਮਲ ਹੈ। ਦੱਸ ਦਈਏ ਕਿ ਇਹ ਸਾਰੀ ਖੇਡ ਦਾ ਮਾਸਟਰ ਮਾਈਂਡ ਵੀਕੇ ਨਾਮੀ ਵਿਅਕਤੀ ਹੈ, ਜਿਸਦੇ ਕੁਛ ਸਰਕਾਰੀ ਕਾਲੀਆਂ ਭੇਡਾਂ ਨਾਲ ਸੰਬੰਧ ਹਨ। ਇਹ ਉਹ ਲੋਕ ਹਨ ਜੋ ਵੀਕੇ ਨੂੰ ਡਿਫੈਂਸ ਦਵਾਈਆਂ ਦਾ ਵੱਡਾ ਭੰਡਾਰ ਮੁਹੱਈਆ ਕਰਵਾਉਂਦੇ ਹਨ। ਇਸ ਤੋਂ ਬਾਅਦ ਵੀਕੇ ਨੇ ਦੀਪਕ ਤੇ ਤਵਿੰਦਰ ਨਾਮ ਦੇ ਦੋ ਵਿਅਕਤੀਆਂ ਨੂੰ ਅੱਗੇ ਦੀ ਜ਼ਿੰਮੇਵਾਰੀ ਦਿੱਤੀ ਹੈ, ਜੋ ਕਿ ਦਿਲਕੁਸਾ ਮਾਰਕੀਟ 'ਚ ਵੀਕੇ ਦੇ ਚਹੇਤੇ ਦਵਾਈ ਵਿਕਰੇਤਾਵਾਂ ਤੱਕ ਡਿਫੈਂਸ ਦੀਆਂ ਦਵਾਈਆਂ ਪਹੁੰਚਾਉਣ ਦਾ ਕੰਮ ਕਰਦੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਇਹ ਸਾਰੀ ਧੋਖਾਧੜੀ 'ਚ SMSD ਤੇ JML ਨਾਮੀ ਫਰਮਾਂ ਸ਼ਾਮਲ ਹਨ, ਜੋ ਕਿ ਦਿਲਕੁਸ਼ਾ ਮਾਰਕੀਟ 'ਚ ਸਥਿਤ ਹਨ। ਤੁਹਾਨੂੰ ਦੱਸ ਦਈਏ ਕਿ ਇਹ ਤਿੰਨੇ ਫਰਮਾਂ
ਦਵਾਈਆਂ ਨੂੰ ਕਿਸੇ ਹੋਰ ਕੰਪਨੀ ਦੀ ਦੱਸ ਕੇ ਗ੍ਰਾਹਕਾਂ ਨੂੰ ਦਵਾਈਆਂ ਵੇਚ ਦਿੰਦੇ ਹਨ। ਗ੍ਰਾਹਕਾਂ ਨੂੰ ਇਹ ਪਤਾ ਵੀ ਨਹੀਂ ਚੱਲਦਾ ਕਿ ਜਿਹੜੀ ਦਵਾਈ ਉਹ ਖਰੀਦ ਕੇ ਲਿਆਏ ਹਨ ਉਹ ਡਿਫੈਂਸ ਨਾਲ ਸੰਬੰਧਿਤ ਦਵਾਈਆਂ ਹਨ। ਇਹ ਸਾਰੀ ਖੇਡ ਕਈ ਸਾਲਾਂ ਤੋਂ ਚੱਲ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਕੁਝ ਸਮਾਂ ਪਹਿਲਾਂ ਇਸ ਧਾਂਦਲੀ ਨੂੰ ਲੈ ਕੇ ਕਾਰਵਾਈ ਵੀ ਕੀਤੀ ਗਈ ਸੀ, ਪਰ ਬਾਅਦ 'ਚ ਸਾਰਾ ਮਾਮਲਾ ਫਿਰ ਢਾਲ ਦਿੱਤਾ ਗਿਆ ਸੀ। ਜੇਕਰ ਦੋਸ਼ ਵੀਕੇ ਤੇ ਪਿਆ ਤਾਂ ਵੱਡੇ ਖੁਲਾਸੇ ਹੋ ਸਕਦੇ ਹਨ। ਸੂਤਰਾਂ ਦੀ ਮੰਨੀਏ ਜੇਕਰ ਇਸ ਧਾਂਦਲੀ ਦਾ ਮਾਸਟਰ ਮਾਈਂਡ ਵੀਕੇ ਫੜਿਆ ਜਾਂਦਾ ਹੈ ਤਾਂ ਉਹ ਕਈ ਖੁਲਾਸੇ ਕਰ ਸਕਦਾ ਹੈ ਕਿ ਕਿਸ ਦੀ ਮਦਦ ਦੇ ਨਾਲ ਉਹ ਪਿਛਲੇ ਕਈ ਸਾਲਾਂ ਤੋਂ ਹਰ ਹਫ਼ਤੇ ਡਿਫੈਂਸ ਦੀਆਂ ਦਵਾਈਆਂ ਦਾ ਵੱਡਾ ਸਟਾਕ ਹਾਸਿਲ ਕਰਦਾ ਹੈ। ਇਸ ਮਾਮਲੇ 'ਚ ਕਈ ਵੱਡੇ ਖੁਲਾਸੇ ਜਿਹੜੇ ਆ ਉਹ ਹੋ ਸਕਦੇ ਆ ਅਤੇ ਵੀਕੇ ਦੇ ਖੁਲਾਸੇ ਤੋਂ ਬਾਅਦ ਇੱਕ ਵੱਡਾ ਗੱਠਜੋੜ ਟੁੱਟ ਸਕਦਾ ਹੈ। ਅਤੇ ਇਸੇ ਤਰ੍ਹਾਂ ਇਸ ਮਾਮਲੇ ਦੇ ਵਿੱਚ ਕੀ ਨਵੇਂ ਖੁਲਾਸੇ ਹੁੰਦੇ ਨੇ, ਦੈਨਿਕ ਸਵੇਰਾ ਟੀਵੀ ਤੁਹਾਨੂੰ ਜਲਦ ਇਸ ਮਾਮਲੇ ਨਾਲ ਜੁੜੀ ਨਵੀਂ ਅਪਡੇਟ ਦੇਵੇਗਾ।